ਪੰਜਾਬ ਵੈਦਾਰਾ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬਲੈਟਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਬਾਅਦ ਦੇ ਹਾਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਬਲ ਪੰਜਾਬ ਦੇ ਵਿੱਚ 30% ਸ਼ਰਾਬ ਸਸਤੀ ਕਰਵਾਉਣ ਦੇ ਵਿੱਚ ਕਾਮਯਾਬ ਹੋਇਆ ਆਬਕਾਰੀ ਵਿਭਾਗ ਦਾ ਨਵੇਂ ਰੇਟ ਲਿਸਟ ਆਈ ਸਾਹਮਣੇ ਜੀ ਹਾਂ ਦੋਸਤੋ ਭਾਵੇਂ ਆਬਕਾਰੀ ਵਿਭਾਗ 1 ਜੁਲਾਈ ਤੋਂ ਸਵੇਰ ਭਾਰ ਦੇ ਵਿੱਚ 1 ਸ਼ਰਾਬ ਦੇ ਠੇਕੇ ਅਲਾਟ ਕਰਨ ਦੇ ਵਿੱਚ ਕੰਮਜਾਪ ਨਹੀਂ ਹੋ ਸਕਿਆ ਪਰ ਸ਼ਰਾਬ 30% ਦੀ ਸਸਤੀ ਕਰਵਾਉਣ ਦੇ ਵਿੱਚ ਜਰੂਰ ਕੰਮਜਾਪ ਹੋਇਆ ਤੇ ਸ਼ੁੱਕਰਵਾਰ ਦੁਪਹਿਰ ਤੱਕ ਸ਼ਰਾਬ ਦੇ ਠੇਕੇਦਾਰ ਮਨਮਾਨੇ ਢੰਗ ਦੇ ਨਾਲ ਮਹਿੰਗੇ ਭਾਅ ਤੇ ਸ਼ਰਾਬ ਵੇਚ ਰਹੇ ਸਨ ਪਰ ਜਿਵੇਂ ਹੀ ਵਿਭਾਗ ਨੂੰ ਇਸ ਦਾ ਪਤਾ ਲੱਗਾ ਤਾਂ ਤੁਰੰਤ ਹੀ ਇਹਨਾਂ ਦੀਆਂ ਕੀਮਤਾਂ ਦੇ ਵਿੱਚ 30% ਦੀ ਕਟੌਤੀ ਕਰ ਦਿੱਤੀ ਗਈ। ਕਾਰ ਦੇ ਸਾਰੇ ਕਾਗਜ਼ਾਤ ਹੁਣ ਤੋਂ ਬਾਅਦ ਵੀ ਕੱਟਿਆ ਜਾਵੇਗਾ 10000 ਦਾ ਚਲਾਨ ਜੇਕਰ ਕਰੋਗੇ ਇਹ ਗੱਲ ਤੇ ਤਾਂ ਦੋਸਤੋ ਜੇਕਰ ਤੁਹਾਡੇ ਕੋਲ ਡਰਾਈਵਿੰਗ ਦੇ ਨਾਲ ਸੰਬੰਧਤ ਸਾਰੇ ਦਸਤਾਵੇਜ਼ਾਂ ਤੇ ਤੁਸੀਂ ਟ੍ਰੈਫਿਕ ਨਿਯਮਾਂ ਦੀ ਵੀ ਪਾਲਣਾ ਕਰਿਓ ਤਾਂ ਤੁਹਾਨੂੰ 10000 ਰੁਪਏ ਤੱਕ ਦਾ ਚਲਾਨ ਭਰਨਾ ਪੈ ਸਕਦਾ ਹੈ ਜੀ ਹਾਂ ਮੋਟਰ ਵਹੀਕਲ ਐਕਟ 2019 ਦੇ ਤਹਿਤ ਅਜਿਹੇ ਕਈ ਨਿਯਮ ਜਿਨ੍ਹਾਂ ਦੇ ਵਿੱਚ ਵਾਹਨ ਦੇ ਨਾਲ ਸੰਬੰਧਤ ਸਾਰੇ ਦਸਤਾਵੇਜ਼ ਹੋਣ ਦੇ ਬਾਵਜੂਦ ਤੁਹਾਨੂੰ ਜੁਰਮਾਨੇ ਦੇ ਨਾਲ ਜੇਲ੍ਹ ਜਾਣਾ ਪੈ ਸਕਦਾ ਹੈ ਆਓ ਤੁਹਾਨੂੰ ਦੱਸਦੇ ਹਾਂ ਇਹਨਾਂ ਨਿਯਮਾਂ ਦੇ ਬਾਰੇ ਵਿੱਚ ਜੇਕਰ ਤੁਸੀਂ ਚਾਹੁੰਦੇ ਹੋ ਕਿ ਗੱਡੀ ਚਲਾਉਂਦੇ ਸਮੇਂ ਤੁਹਾਡੇ ਵਿਰੁੱਧ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸੜਕ ਤੇ emergancy ਵਾਹਨਾਂ ਨੂੰ ਰਸਤਾ ਦੇਣਾ ਜ਼ਰੂਰੀ ਹੈ ਅਤੇ ਇਸ ਨੂੰ ਮੋਟਰ ਵਹੀਕਲ ਐਕਟ 2019 ਦੇ ਤਹਿਤ ਲਾਜ਼ਮੀ ਬਣਾਇਆ ਗਿਆ ਹੈ ਤੇ ਜਦੋਂ ਵੀ ਅਜਿਹੇ ਵਾਹਨ ਤੁਹਾਡੇ ਪਿੱਛੇ ਹਾਰਨ ਭਜਾਉਂਦੇ ਹਨ ਤਾਂ ਆਪਣੇ ਵਾਹਨ ਨੂੰ ਸੜਕ ਦੇ ਕਿਨਾਰੇ ਰੱਖੋ ਤੇ emergency ਵਾਹਨਾਂ ਨੂੰ ওভারਟੇਕ ਕਰਨ ਦੇ ਉਤੇ ਜੇਕਰ ਤੁਸੀਂ ਇਸ ਨਿਯਮ ਦੀ ਅਣਦੇਖੀ ਕਰਦੇ ਹੋ ਤਾਂ ਤੁਹਾਡੇ ਵਿਰੁੱਧ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਤੇ ਨਿਯਮਾਂ ਤੋੜਨ ਦੀ ਸਥਿਤੀ ਦੇ ਵਿੱਚ ਤੁਹਾਨੂੰ 10000 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਬਰਗਾੜੀ ਬੇਅਦਬੀ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਿਕ ਆਗੂਆਂ ਨੂੰ ਸੌਂਪੀ ਜਾਂਚ ਰਿਪੋਰਟ ਤਾ ਦੋਸਤੋ ਸੁਬੇਰੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਸਿੱਖ ਆਗੂਆਂ ਨੂੰ ਬਰਗਾੜੀ ਬੇਆਦਬੀ ਮਾਮਲੇ ਦੀ ਜਾਂਚ ਰਿਪੋਰਟ ਸੌਂਪ ਦਿੱਤੀ ਹੈ ਤੇ ਇਸ ਸੰਬੰਧੀ ਅਜੀਤ ਦੇ ਨਾਲ ਜਾਣਕਾਰੀ ਸਾਂਝੀ ਕਰਦਿਆਂ ਗਰਮੀਤ ਵਿਦਿਆਲਿਆ ਦਮਦਮੀ ਟਕਸਾਲ ਜਥਾ ਪਿੰਡਰਾ ਮਹਿਤਾ ਅਜਨਾਲਾ ਦੇ ਪ੍ਰਮੁੱਖ ਪ੍ਰਬੰਧਕ ਭਾਈ ਅਮਰੀਕ ਸਿੰਘ ਅਜਨਾਲਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਹੋਈ ਅਤੇ ਜਿਹ ਦੌਰਾਨ ਉਨ੍ਹਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਰਗਾੜੀ ਬੇਆਦਬੀ ਕਾਂਡ ਦੀ ਜਾਂਚ ਰਿਪੋਰਟ ਉਹਨਾਂ ਨੂੰ ਦੇ ਦਿੱਤੀ ਹੈ ਤੇ ਮੁਲਾਕਾਤ ਦੇ ਦੌਰਾਨ ਇਹ ਵੀ ਦੱਸਿਆ ਗਿਆ ਹੈ ਕਿ ਜਾਂਚ ਦੇ ਦੌਰਾਨ ਇਸ ਮਾਮਲੇ ਦੇ ਵਿੱਚ ਗੁਰਮੀਤ ਆਰਾਮ ਰਹੀਮ ਸਮੇਤ ਜੋ ਲੋਕ ਦੋਸ਼ੀ ਪਾਏ ਗਏ ਹਨ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਲਿਆਣਪਿੰਡ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪਾ ਚੋਰੀ ਹੋਣ ਦੇ ਮਾਮਲੇ ਦੇ ਵਿੱਚ ਕਾਰਵਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 90 ਦਿਨਾਂ ਦਾ ਟਾਈਮ ਮੰਗਿਆ ਗਿਆ ਹੈ। ਤੇਲ ਦੀਆਂ ਕੀਮਤਾਂ ਦੇ ਵਿੱਚ ਭਾਰੀ ਗਰਾਵਟ ਚੈੱਕ ਕਰੋ ਸਰੋਂ ਦੇ ਤੇਲ ਦੇ ਤਾਜ਼ਾ ਰੇਟ ਯਾਹ ਦੋਸਤੋ ਗਲੋਬਲ ਬਾਜ਼ਾਰ ਦੇ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਰਾਵਟ ਦੇ ਕਾਰਨ ਕਰੇ ਲੋ ਬਾਜ਼ਾਰ ਦੇ ਵਿੱਚ ਵੀ ਕੀਮਤਾਂ ਵਿੱਚ ਗਰਾਵਟ ਦਰਜ ਕੀਤੀ ਗਈ ਹੈ ਤੇ ਦਿੱਲੀ ਬਾਜ਼ਾਰ ਵਿੱਚ ਸ਼ੁੱਕਰਵਾਰ ਨੂੰ ਲਗਭਗ ਸਾਰੇ ਤੇਲ ਬੀਜ ਗਰਾਵਟ ਦੇ ਨਾਲ ਬੰਦ ਹੋਏ ਦੇਸੀ ਤੇਲ ਦੀ ਮੰਗ ਦੇ ਦਰਮਿਆਨ ਮੂੰਗਫਲੀ ਅਤੇ ਕਪਾਹ ਦੇ ਤੇਲ ਦੀਆਂ ਕੀਮਤਾਂ ਸਥਿਰ ਰਹੀਆਂ ਇਹਦੇ ਨਾਲ ਹੀ ਸਰੋਂ ਦੇ ਤੇਲ ਦੀਆਂ ਕੀਮਤਾਂ ਵਿੱਚ ਗਰਾਵਟ ਆਈ ਹੈ ਸਰੋਂ ਦੇ ਤੇਲ ਬੀਜ 7510 ਤੋਂ ਲੈ ਕੇ 7560 ਰੁਪਏ ਪ੍ਰਤੀ ਕੁਇੰਟਲ ਮੂੰਗਫਲੀ 650 ਰੁਪਏ ਤੋਂ ਲੈ ਕੇ 890 ਰੁਪਏ ਪ੍ਰਤੀ ਕੁਇੰਟਲ मूंगफली दे तेल दी मेलर डिलीवरी गुजरात 15710 روپے પ્રતિ क्विंटल मूंगफली कोलन वाला रिफाइंड तेल 2635 روپے تو 2825 روپے પ્રતિ ٹن সরوں ਦਾ ਤੇਲ ਦਾਦਰੀ 15250 روپے પ્રતિ क्विंटल সরوں پکی کانی 2385 تو 2465 روپے પ્રતિ ٹن সরوں دی کچی کانی 2425 روپے تو لے کے 2530 روپے પ્રતિ ٹن ਦੇ ਹਿਸਾਬ ਦੇ ਨਾਲ ਬਿਕਰਿਆ ਹੈ 1 ਅਕਤੂਬਰ ਤੋਂ ਟਾਇਰਾਂ ਤੇ ਲਾਗੂ ਹੋਵੇਗਾ ਇਹ ਨਿਯਮ ਹੁਕਮ ਜਾਰੀ ਤਾਂ ਦੋਸਤੋ ਛੜਕੀ ਆ ਵਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਛੜਕੀ ਹਰਸਾਂ ਨੂੰ ਘਟ ਕਰਨ ਦੇ ਲਈ ਵੱਡਾ ਫੈਸਲਾ ਲਿਆ ਹੈ ਸਰਕਾਰ ਨੇ ਟਾਇਰਾਂ ਦੇ ਲਈ ਨਵੇਂ ਮਾਪਦੰਡ ਬਣਾਏ ਹਨ ਤੇ ਹੁਣ ਇਹਨਾਂ ਮਾਪਦੰਡਾਂ ਦੇ ਅਨੁਸਾਰ ਵਾਹਨਾਂ ਦੇ ਵਿੱਚ ਟਾਇਰ ਫਿੱਟ ਕੀਤੇ ਜਾਣਗੇ ਤੇ ਨਵੇਂ ਡਿਜ਼ਾਈਨ ਅਤੇ ਮੌਜੂਦਾ ਟਾਇਰਾਂ ਦੇ ਲਈ ਮਿਆਰ ਲਾਗੂ ਕਰਨ ਦੀ ਮਿਆਦ ਨਿਸ਼ਚਿਤ ਕੀਤੀ ਗਿਆ ਤੇ 1 ਅਕਤੂਬਰ ਤੋਂ ਨਵੇਂ ਡਿਜ਼ਾਈਨ ਕੀਤੇ ਗਏ ਟਾਇਰ ਨੈਜਮਾ ਦੇ ਮੁਤਾਬਕ ਹੋਣਗੇ ਤੇ ਨਵੇਂ ਮਾਪਦੰਡ ਮੌਜੂਦਾ ਟਾਇਰਾਂ ਦੇ ਵਿੱਚ 1 April 2023 ਤੋਂ ਲਾਗੂ ਹੋਣਗੇ ਤੇ ਮੰਤਰਾਲੇ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਹਰ ਸਾਲ ਦੇਸ਼ ਦੇ ਵਿੱਚ 8000 ਤੋਂ ਵੱਧ ਸ਼ੜਕੀ ਹਾਰਸੇ ਤੇ ਰਫਤਾਰ ਦੇ ਕਾਰਨ ਹੁੰਦੇ ਹਨ ਤੇ ਜਿਸ ਵਿੱਚ ਕਰੀਬ 32874 ਡਰਾਈਵਰਾਂ ਦੀ ਮੌਤ ਹੋ ਗਈ ਹੈ ਤੇ ਇਹਦਾ ਮੁੱਖ ਕਾਰਨ ਓਵਰ ਸਪੀਡ ਦੇ ਕਾਰਨ ਟਾਇਰਾਂ ਦਾ ਜ਼ਿਆਦਾ ਗਰਮ ਹੋ ਜਾਣਾ ਜਾਂ ਫਿਸਲ ਜਾਣਾ ਹੈ ਸ਼ੜਕੀ ਆਭਜਾਈ ਅਤੇ ਰਾਜਮਾਰਗ ਮੰਤਰਾਲਾ ਸ਼ੜਕ ਹਾਰਸ ਨੂੰ ਘੱਟ ਕਰਨ ਦੇ ਲਈ ਲਗਾਤਾਰ ਜਾਤਨ ਕਾਰਿਆ ਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਤਰਾਲੇ ਨੇ ਰੋਲਿੰਗ ਦਾ ਪ੍ਰਤੀਰੋਧ ਗਿੱਲੀ ਪਕੜਾ ਤੇ ਟਾਇਰਾਂ ਦੀ ਰੋਲਿੰਗਾਂ ਆਵਾਜ਼ ਦੇ ਮਾਪਦੰਡ ਤੈਅ ਕੀਤੇ ਹਨ ਪੰਜਾਬ ਕੈਬਨਿਟ ਦਾ ਵਿਸਤਾਰ ਇਹ ਦਿਨ ਸੌ ਚੱਕ ਸਕਦੇ ਹਨ ਮਾਨ ਦੇ ਨਵੇਂ ਮੰਤਰੀ ਜੀਆ ਦੋਸਤੋ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਤਾਰ ਜਲਦ ਹੀ ਹੋਵੇਗਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਪੰਜ ਨਵੇਂ ਮੰਤਰੀ ਸ਼ਾਮਲ ਕੀਤੇ ਜਾਣਗੇ ਤੇ ਇਹਨਾਂ ਦੇ ਵਿੱਚੋਂ ਦੋ ਮੰਤਰੀ ਉਹ ਹੋਣਗੇ ਜੋ ਦੂਜੀ ਵਾਰ ਵਿਧਾਇਕ ਚੁਣ ਕੇ ਆਏ ਹਨ ਤੇ ਮੀਡੀਆ ਰਿਪੋਰਟਰਾਂ ਦੇ ਮੁਤਾਬਕ ਪੰਜਾਬ ਕੈਬਨਿਟ ਦੇ ਵਿਸਤਾਰ ਦੀ ਤਿਆਰੀ ਪੂਰੀ ਹੋ ਚੁੱਕੀ ਹੈ ਤੇ ਐਤਵਾਰ ਜਾਂ ਸੋਮਵਾਰ ਨੂੰ ਮੰਤਰੀ ਮੰਡਲ ਦੇ ਨਵੇਂ ਮੰਤਰੀਆਂ ਨੂੰ ਸੌਂ ਚੁਕਾਈ ਜਾਵੇਗੀ। ਇਸ ਗੱਲ ਦੀਆਂ ਵੀ ਖ਼ਾਸ ਰਹਿਗਾਂ ਜਾਰੀਆਂ ਹਨ ਕਿ 4 ਤੋਂ 5 ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਤੇ ਇਹਨਾਂ ਦੇ ਵਿੱਚੋਂ ਅਮਨ ਅਰੋੜਾ, ਪ੍ਰੋਫੈਸਰ ਬਲਜਿੰਦਰ ਕੌਰ ਅਤੇ ਸਰਬਜੀਤ ਕੌਰ ਮਾਨੁਕੇ ਮੰਤਰੀ ਅਹੁਦੇ ਦੀ ਦੌੜ ਦੇ ਵਿੱਚ ਹਨ ਤੇ ਇਸ ਵੇਲੇ ਪੰਜਾਬ ਦੀ ਕੈਬਨਿਟ ਦੇ ਵਿੱਚ ਮੌੱਖ ਮੰਤਰੀ ਮਾਨ ਤੋਂ ਇਲਾਵਾ ਨੌ ਮੰਤਰੀ ਸ਼ਾਮਲ ਹੰਤੇ ਕੈਬਨਿਟ ਦੇ ਵਿੱਚ ਮੌੱਖ ਮੰਤਰੀ ਸਮੇਤ 18 ਮੰਤਰੀ ਹੋ ਸਕਦੇ ਹਨ ਤੇ ਮਾਨ ਕੈਬਨਟ ਵਿੱਚ ਇਸ ਵੇਲੇ 8 ਮੰਤਰੀ ਅਹੁਦੇ ਖਾਲੀ ਪਏ ਹਨ ਤੇ ਇਹਨਾਂ ਦੇ ਵਿੱਚ ਇੱਕ ਮਹਿਲਾ ਵਿਧਾਇਕ ਦੇ ਸ਼ਾਮਲ ਹੋਣ ਦੀ ਵੀ ਉਮੀਦ ਹੈ। ਪੰਜਾਬ ਚ ਕੇਂਦਰੀ ਰਾਜ ਮੰਤਰੀ ਦੀ ਰੇਕੀ پارک ਚੋਂ ਮਿਲਿਆ ਸੂਮ ਪ੍ਰਕਾਸ਼ ਦੇ ਮਹੱਲੀ ਸਥਿਤ ਘਰ ਦਾ ਨਕਸ਼ਾ। ਤਾਂ ਦੋਸਤੋ ਹਾਲ ਹੀ ਦੇ ਵਿੱਚ ਪੰਜਾਬ ਦੇ ਮੰਤਰੀਆਂ ਨੂੰ ਮਿਲ ਰਹੀਆਂ ਧਮਕੀਆਂ ਤੇ ਪੰਜਾਬ ਦੇ ਵਿੱਚ ਵਾਪਰ ਰਹੀਆਂ ਵਰਦਾਤਾਂ ਦੇ ਵਿੱਚ ਇੱਕ ਹੋਰ ਮੰਤਰੀ ਦੀ ਰੇਕੀ ਹੁੰਦੀ ਖਬਰ ਸਾਹਮਣੇ ਆਈ ਅਤੇ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ ਕੇਂਦਰੀ ਰਾਜ ਮੰਤਰੀ ਸੂਮ ਪ੍ਰਕਾਸ਼ ਰੇਕੀ ਕੀਤੀ ਜਾ ਰਹੀ ਹੈ ਤੇ ਉਸ ਦੇ ਘਰ ਦੇ ਕੋਲ ਇੱਕ پارک ਤੋਂ ਉਹਦੇ ਘਰ ਦਾ ਨਕਸ਼ਾ ਮਿਲਿਆ ਤੇ ਇਸ ਦੇ ਵਿੱਚ ਉਹਦੇ ਘਰ ਦਾ ਪੂਰਾ ਬਲੂਪ੍ਰਿੰਟ ਤਿਆਰ ਕੀਤਾ ਗਿਆ ਹੈ। ਉਹਦੀ ਸੁਰੱਖਿਆ ਕਿੱਥੇ ਰਹਿੰਦੀ ਹੈ ਤੇ ਇਹ ਵੀ ਦੱਸਿਆ ਗਿਆ ਹੈ ਤੇ ਇਹ ਨਕਸ਼ਾ ਇੱਕ ਔਰਤਾ ਬਿਆਨਤ ਕਰਨੇ ਸੁਰੱਖਿਆ ਕਰਮਚਾਰੀਆਂ ਨੂੰ ਦਿੱਤਿਆ ਸੀ ਤੇ ਕੇਂਦਰੀ ਬਣ ਜਾ ਤੇ ਉਦਯੋਗ ਮੰਤਰੀ ਸ਼ੂਮ ਪ੍ਰਕਾਸ਼ ਦਾ ਮਹਾਲੀ ਸਤਤ ਸੈਕਟਰ 71 ਦੇ ਵਿੱਚ ਮਕਾਨ ਅਤੇ ਕੇਂਦਰੀ ਰਾਜ ਮੰਤਰੀ ਨੇ ਤੁਰੰਤ ਇਹਦੀ ਸੂਚਨਾ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਦੇ ਦਿੱਤੀ ਅਤੇ ਇਸ ਤੋਂ ਬਾਅਦ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਿਆ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਬਿਆਨਤ ਕਰਨ ਤੋਂ ਵੀ ਪੁੱਛ ਗਿਆ ਚ ਕੀਤੇ ਅਤੇ ਇਸ ਤੋਂ ਇਲਾਵਾ ਆਸ-ਪਾਸ ਲੱਗੇ ਸੀਸੀਟੀਵੀ ਕੈਮਰਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਇਦੇ ਵਿੱਚ ਕਾਗਜ ਸੁੱਟਣ ਵਾਲੇ ਨੂੰ ਦੇਖਿਆ ਜਾ ਸਕਦਾ ਹੈ ਤੇ ਮਹਾਲੀ ਪੁਲਿਸ ਦੇ ਡੀਐਸਪੀ ਸੁਖਨਾਜ ਸਿੰਘ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮਾਨ ਸਰਕਾਰ ਦੇ ਦਾਅਵੇ ਦੀ ਨਿਕਲੀ ਫੂਕਾ ਮੂੰਗੀ ਤੋਂ ਬਾਅਦ ਮੱਕੀ ਦੀ ਫਸਲ ਰੌਣ ਰਹੀ ਹੈ ਮੰਡੀ ਦੇ ਵਿੱਚ। ਤਾਂ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਮੂੰਗੀ ਦੀ ਫਸਲ ਤੇ 7275 ਦਾ ਐਮਐਸਪੀ ਰੇਟ ਐਲਾਨਾ ਗਿਆ ਪਰ ਸਰਕਾਰ ਦੇ ਵੱਲੋਂ ਐਮਐਸਪੀ ਤੇ ਨਾ માત્ર ਹੀ ਮੂੰਗੀ ਦੀ ਫਸਲ ਖਰੀਦੀ ਗਿਆ ਜਾਇਦੇ ਕਾਰਨ ਕਿਸਾਨ ਕਾफी ਨਿਰਾਸ਼ਾ ਦੇ ਵਿੱਚ ਬੈਠਾ ਦੇਖਣ ਨੂੰ ਮਿਲ ਰਹੇ ਹਨ ਤੇ ਕਿਸਾਨਾਂ ਨੂੰ ਆਪਣੀ ਮੂੰਗੀ ਦੀ ਫਸਲ 5 ਤੋਂ ਲੈ ਕੇ 6000 ਰੁਪਏ ਵਿੱਚ ਹੀ ਵੇਚਣੀ ਪਈ ਅਤੇ ਜਿਸ ਕਾਰਨ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੇ ਉੱਥੇ ਹੀ ਹੁਣ ਕਿਸਾਨ ਮੋਗਾ ਮੰਡੀ ਦੇ ਵਿੱਚ ਮੱਕੀ ਲੈ ਕੇ ਆਏ ਹਨ ਤੇ ਪਿਛਲੇ 3 ਦਿਨਾਂ ਤੋਂ ਬੈਠ ਕੇ ਆਪਣੀ ਫਸਲ ਦੀ ਖਰੀਦ ਦਾ ਇੰਤਜ਼ਾਰ ਕਰ ਰਹੇ ਹਨ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ 2 ਦਿਨਾਂ ਤੋਂ ਮੀਂਹ ਹਣ ਦੇ ਕਾਰਨ ਉਹਨਾਂ ਨੂੰ ਬਾਰ-ਬਾਰ ਮੰਡੀ ਦੇ ਵਿੱਚ ਮੱਕੀ ਖਿਲਾਰ ਕੇ ਸਕੋਣੀ ਪੈ ਰਹੀ ਹੈ ਤੇ ਇਸ ਕਾਰਨ ਉਹਨਾਂ ਨੂੰ ਲੇਬਰ ਵੀ ਵੱਧ ਪੈ ਰਹੀ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਬਾੰਗ ਆਮ ਆਰਪੀ ਪਾਰਟੀ ਦੀ ਸਰਕਾਰ ਉਸ ਤੋਂ ਵੀ ਮਾੜੀ ਨਿਕਲੀ ਆ ਤੇ ਕਿਉਂਕਿ ਸਰਕਾਰ ਨੇ ਜੋ ਵਾਦੇ ਕੀਤੇ ਹਨ ਤੇ ਇੱਕ ਵੀ ਵਾਦਾ ਪੂਰਾ ਨਹੀਂ ਹੋਇਆ ਤੇ ਉਹਨਾਂ ਨੇ ਕਹਿ ਕੇ ਇੱਕ ਪਾਸੇ ਸਰਕਾਰਾ ਕਹਿ ਰਹੀਆਂ ਹਨ ਕਿ ਝੋਨੇ ਤੇ ਕਣਕ ਦੀ ਫਸਲ ਤੋਂ ਬਾਹਰ ਨਿਕਲ ਆ ਫਸਲੀ ਬਦਲਾਅਲੇ ਹੋਣ ਦੇ ਉੱਤੇ ਪੂਰਾ ਮੁੱਲ ਦਿੱਤਾ ਜਾਵੇਗਾ ਪਰ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਬਲਾਤਕਾਰ ਮਾਮਲੇ ਦੇ ਵਿੱਚ ਪਘੋੜੇ ਸਮਰਜੀਤਾ ਬਹਿ ਦੇ ਭਰਾ ਕਮਲਜੀਤ ਸਿੰਘ ਨੂੰ ਲੁਧਿਆਣਾ ਪੁਲਿਸ ਨੇ ਕੀਤਾ ਗ੍ਰਿਫਤਾਰ ਤਾਂ ਦੋਸਤੋ ਲੋਕ ਇਨਸਾਫਾ ਪਾਰਟੀ ਦੇ ਮੁਖੀ ਸਮਰਜੀਤਾ ਬਹਿ ਤੇ ਲੱਗੇ ਕਥਿਤ ਬਲਾਤਕਾਰ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਅੱਜ ਪਹਿਲੀ ਗ੍ਰਿਫਤਾਰੀ ਕੀਤੀ ਹੈ ਤੇ ਲੁਧਿਆਣਾ ਪੁਲਿਸ ਨੇ ਸਮਰਜੀਤ ਸਿੰਘ ਬਾਂਹ ਦੇ ਪਰਾ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਦੱਸ ਰਹੀ ਹੈ ਕਿ ਸਮਰਜੀਤ ਬਾਂਹ ਸਣੇ ਮਾਮਲੇ ਦੇ ਵਿੱਚ ਕੁੱਲ 7 ਮੁਲਜ਼ਮਾਂ ਤੇ ਚਾਰਜ ਲਾਏ ਗਏ ਸੀ ਤੇ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਸਮਰਜੀਤ ਬਾਂਹ ਸਣੇ ਪਹਿਲਾਂ ਹੀ 7 ਲੋਕਾਂ ਨੂੰ ਭਗੌੜਾ ਕਰਾਰ ਕਰ ਚੁੱਕੀ ਸੀ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਲੰਬੇ ਸਮੇਂ ਤੋਂ ਛਾਪੇਮਾਰੀ ਕਰੀ ਸੀ ਤੇ ਸਮਰਜੀਤ ਬਾਂਹ ਤੇ ਹੋਰਨਾ ਮੁਲਜ਼ਮਾਂ ਦੇ ਭਗੌੜਾ ਇਕਰਾਰ ਦੇ ਪੋਸਟਰ ਵੀ ਲੱਗੇ ਸਨ ਰਾਸਤੇ ਦੇ ਵਿੱਚ ਲਏ ਜਾਣ ਬਾਰੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਫੋਨ ਤੇ ਪੁਸ਼ਟੀ ਕੀਤੀ ਗ੍ਰਿਫਤਾਰੀ ਤੋਂ ਬਾਅਦ ਆਪਣੇ ਸਮਰਥਕਾਂ ਦੇ ਨਾਲ ਥਾਣਾ ਡਿਵੀਜ਼ਨ ਨੰਬਰ 6 ਵਿੱਚ ਪਹੁੰਚੇ ਸਿਮਰਜੀਤ ਬਹਿਤ ਦੇ ਵੱਡੇ ਭਰਾ ਬਲਵਿੰਦਰ ਸਿੰਘਾ ਬਹਿਨੇ ਕਹਿ ਕੇ ਉਹਨਾਂ ਨੂੰ ਅਦਾਲਤ ਤੇ ਭਰੋਸਾ ਹੈ ਤੇ ਉਹ ਕਾਨੂੰਨੀ ਰਾਹ ਅਖਤਿਆਰ ਕਰਨਗੇ ਲੋਕ ਸਭਾ ਚੋਣਾਂ ਦੀ ਤਿਆਰੀ ਹੁਣ ਵੋਟ ਵੀ ਆਧਾਰ ਦੇ ਨਾਲ ਲਿੰਕ ਚੰਡੀਗੜ੍ਹ ਚੋਣ ਵਿਭਾਗ ਅਗਸਤ ਵਿੱਚ ਸ਼ੁਰੂ ਕਰੇਗਾ ਘਰ-ਘਰ ਆਧਾਰ ਕਲੈਕਸ਼ਨ ਜੀ ਹਾਂ ਦੋਸਤੋ ਹੁਣ ਤੁਹਾਡੀ ਵੋਟ ਵੀ ਆਧਾਰ ਦੇ ਨਾਲ ਲਿੰਕ ਹੋ ਜਾਵੇਗੀ ਭਾਰਤੀ ਚੋਣ ਕਮਿਸ਼ਨ ਦੀਆਂ ਅਦਾਇਤਾ ਦੀ ਪਾਰਣਾ ਕਰਦੇ ਚੰਡੀਗੜ੍ਹ ਚੋਣ ਵਿਭਾਗ ਅਗਸਤ ਤੋਂ ਆਪਣਾ ਡਾਟਾਬੇਸ ਤਿਆਰ ਕਰੇਗਾ ਤੇ ਇਸ ਸੰਬੰਧੀ ਮੌਖਿਕ ਚੋਣ ਅਫਸਰ ਨੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਚੋਣ ਅਫਸਰ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦੇ ਨਾਲ ਮੀਟਿੰਗ ਕੀਤੀ ਹੈ ਤੇ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਦੇ ਹਿੱਸੇ ਦੇ ਵਜੋਂ ਵੋਟਰਾਂ ਸੂਚੀ ਨੂੰ ਅਪਡੇਟ ਕਰਨ ਦੀ ਯੋਜਨਾ ਹੈ ਆਧਾਰ ਲਿੰਕਿੰਗ ਅਤੇ ਸੁਰੱਖਿਆ ਨੂੰ ਬਣਾਈ ਰੱਖਣ ਦੇ ਲਈ ਚੋਣ ਵਿਭਾਗ ਕੋਲ ਅਗਲੇ ਮਹੀਨੇ ਸੌਫਟਵੇਅਰ ਹੋਵੇਗਾ ਤੇ ਜਿਸ ਦੇ ਵਿੱਚ ਹਰ ਵੋਟਰ ਦਾ ਆਧਾਰ ਲਿੰਕ ਕੀਤਾ ਜਾਵੇਗਾ। ਪੰਜਾਬ ਦੀਆਂ ਬੱਸਾਂ ਦੇ ਵਿੱਚ ਲੱਗੀਆਂ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਦੀਆਂ ਤਸਵੀਰਾਂ ਹਟਾਉਣ ਦੇ ਹੁਕਮ ਐਸਜੀਪੀਸੀ ਮੈਂਬਰ ਨੇ ਕੀਤਾ ਵਿਰੋਧ। ਤਾਂ ਦੋਸਤੋ ਪੰਜਾਬ ਪੁਲਿਸ ਨੇ ਸਰਕਾਰੀ ਬੱਸਾਂ ਤੋਂ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਤੇ ਉਹਨਾਂ ਦੇ ਸਮਰਥਕਾਂ ਦੀਆਂ ਤਸਵੀਰਾਂ ਤੇ ਨਾਅਰੇ ਨੂੰ ਤੁਰੰਤ ਪ੍ਰਭਾਵ ਦੇ ਨਾਲ ਹਟਾਉਣ ਦੇ ਨਿਰਦੇਸ਼ ਜਾਰੀ ਦਿੱਤੇ ਹਨ। ਡੀਜੀਪੀ ਦਫ਼ਤਰ ਦੇ ਵੱਲੋਂ ਜਾਰੀ ਹੁਕਮਾਂ ਦੇ ਵਿੱਚ ਕਿਹਾ ਗਿਆ ਕਿ ਪੀਆਰਟੀ ਹਸਤੇ ਤੇ ਪੈਪਸੋ ਦੀਆਂ ਕਾਜ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨੇ ਆਪਣੀਆਂ ਬਸਾਂ ਦੇ ਵਿੱਚ ਸੰਤਾ ਜਰਨੈਲ ਸਿੰਘ ਪਿੰਡਰਾਵਾਲਾ ਤੇ ਉਹਨਾਂ ਦੇ ਸਮਰਥਕਾਂ ਦੀਆਂ ਤਸਵੀਰਾਂ ਚਿਪਕਾਈਆਂ ਹਨ ਇਹ ਤੇ ਇਤਰਾਜ਼ ਕਰਦਿਆ ਪੰਜਾਬ ਪੁਲਿਸ ਨੇ ਇਹਨਾਂ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ ਤੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ ਪੁਲਿਸ ਵਿਭਾਗ ਦੇ ਹੁਕਮਾਂ ਦਾ ਵਿਰੋਧ ਕੀਤਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਟਵੀਟ ਕਰਕੇ ਇਸ ਪੱਤਰ ਦੀ ਨਕੇਦੀ ਕੀਤੀ ਹੈ ਆਟੋ ਟੈਕਸੀ ਦਾ ਸਫ਼ਰ ਹੋਵੇਗਾ ਮਹਿੰਗਾ ਕਰਾਇਆ ਵਧਨ ਦੇ ਨਾਲ ਜੇਬ ਤੇ ਪਵੇਗਾ ਇਹਨਾਂ ਬੋਝ ਯਾ ਦੋਸਤੋ ਸੀਐਨਜੀ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਦਾ ਅਸਰ ਆਮ ਲੋਕਾਂ 'ਗਾਂ ਜੇਬਾਂ ਤੇ ਪੈ ਰਿਹਾ ਤੇ ਦਿੱਲੀ ਸਰਕਾਰ ਨੇ ਆਟੋ ਅਤੇ ਟੈਕਸੀ ਡਰਾਈਵਰਾਂ ਦੀ ਮੰਗ ਤੇ ਮੌਜੂਦਾ ਕਿਰਾਏ ਦੇ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ ਤੇ ਫੇਅਰ ਫੈਕਸੀਏਸ਼ਨਾਂ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਸਰਕਾਰ ਤਿੰਨ ਪਈਆ ਬਾਹਨਾਂ ਦਾ ਪ੍ਰਤੀ ਕਿਲੋਮੀਟਰ ਕਿਰਾਇਆ 1.5 ਰੁਪਏ ਤੇ ਟੈਕਸੀਆਂ ਦਾ ਬੇਸ ਕਿਰਾਇਆ 15 ਰੁਪਏ ਵਧਾਉਣ ਜਾ ਰਹੀ ਹੈ ਅਧਿਕਾਰਤ ਸੂਤਰਾਂ ਦੇ ਮੰਨਿਆ ਤਾਂ ਕਿਰਾਇਆ ਵਧਾਉਣ ਦੇ ਪ੍ਰਸਤਾਵ ਨੂੰ ਸੋ ਦਾ ਅੰਤ ਤੱਕ ਮਨਜ਼ੂਰੀ ਦੇ ਦਿੱਤੀ ਗਿਆ ਤੇ ਇਸ ਦੇ ਨਾਲ ਸਬੰਧਤ ਪ੍ਰਸਤਾਵ ਨੂੰ ਦਿੱਲੀ ਮੰਤਰੀ ਮੰਡਲ ਦੇ ਅਗਲੀ ਮੀਟਿੰਗ ਦੇ ਵਿੱਚ ਪ੍ਰਵਾਨਗੀ ਦੇ ਲਈ ਭੇਜ ਜਾਣ ਦੀ ਸੰਭਾਵਨਾ ਹੈ ਤੇ ਇਸ ਦੇ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਕਰਾਇਦੇ ਵਿੱਚ ਵਾਧਾ ਜਲਾਈ ਮਹੀਨੇ ਵਿੱਚ ਹੀ ਲਾਗੂ ਹੋ ਸਕਦਾ ਹੈ ਪੰਜਾਬ 'ਚ ਅੱਜ ਵੀ ਸ਼ਾਇ ਰਹਿਣਗੇ ਬਦਲ ਜਾਣੋ ਕੀ ਹੈ ਮੀਨੂ ਲੈ ਕੇ ਮੌਸਮਾ ਵਿਭਾਗ ਦੀ ਪੁਵੈਖਬਾਣੀ ਜੀ ਆਹ ਦੋਸਤੋ ਮੌਨਸੂਨ ਦੀ ਪਹਿਲੀ ਬਾਰਿਸ਼ ਦੇ ਨਾਲ ਹੀ ਪਾਰਾ 32 ਡਿਗਰੀ ਤੱਕ ਪਹੁੰਚ ਗਿਆ ਤੇ ਪਹਿਲਾ ਰਾਤ ਨੂੰ ਬਾਰਿਸ਼ ਹੋਈ ਅਤੇ ਫਿਰ ਸਵੇਰੇ ਮੀਂਹ ਪਿਆ ਚੰਡੀਗੜ੍ਹ ਦੇ ਮੌਸਮਾ ਬਗਿਆਨ ਕੇਂਦਰ ਦੇ ਡਾਇਰੈਕਟਰ ਮਰਮੋਣ ਸਿੰਘ ਨੇ ਦੱਸਿਆ ਹੈ ਕਿ 2 ਤੋਂ 5 ਜੁਲਾਈ ਤੱਕ ਬੱਖ-ਬੱਖ ਥਾਮਾਂ ਤੇ بارش ਹੋਵੇਗੀ 6 ਜੁਲਾਈ ਤੋਂ ਮੀਂਹ ਹੋਰ ਤੇਜ਼ ਹੋਵੇਗਾ ਦੂਜੇ ਪਾਸੇ ਦੂਜੇ ਦਿਨ ਵੀ ਹਵਾ ਪ੍ਰਦੂਸ਼ਣ ਘਟ ਰਿਹਾ ਤੇ 에ਅਰ ਕੁਆਲਿਟੀ ਇੰਡੈਕਸ 69 ਤੇ ਖੜਾ ਸੀ ਜੋ 50 ਤੋਂ ਬਾਅਦ ਨਹੀਂ ਹੋਣਾ ਚਾਹੀਦਾ ਤੇ ਗਰਮ ਦਿਨਾਂ ਦੇ ਵਿੱਚ ਇਹ ਤਿੰਨ ਬਾਰ ਹੁੰਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਵਿੱਚ ਵਾਧਾ ਹੋਲੀ ਹੋਵੇਗਾ ਪੰਜਾਬ ਦੇ ਵਿੱਚ ਸ਼ਨੀਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਭਾਰਤੀ ਮੌਸਮਾ ਵਿਭਾਗ ਦੇ ਅਨੁਸਾਰ ਅੰਮ੍ਰਿਤਸਰ ਦੇ ਸਮੇਤ ਰਾਜ ਦੇ ਜ਼ਿਆਦਾਤਰ ਹਿੱਸੇ ਵਿੱਚ ਬੱਦਲਵਾਈ ਰਹਿ ਸਕਦੀ ਅਤੇ ਦਰਮਿਆਨੀ بارش ਜਾਂ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਮੌਸਮ ਵਿਭਾਗ ਦੇ ਅਨੁਸਾਰ ਐਦਾ ਪ੍ਰਭਾਵ ਪੰਜਾਬ ਦੇ ਉੱਤਰੀ ਹਿੱਸੇ ਵਿੱਚ ਜ਼ਿਆਦਾ ਪਵੇਗਾ